ਪੰਜਾਬ ਵਿੱਚ ਪਰਾਲੀ ਸਾੜਨ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿੱਥੇ ਸਰਕਾਰ ਵੱਲੋਂ ਇੱਕ ਪਾਸੇ ਕਿਸਾਨਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਪਰਾਲੀ ਸਾੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ ਉੱਥੇ ਹੀ ਕਿਸਾਨ ਇਸ ਗੱਲ 'ਤੇ ਅੜੇ ਹਨ ਕਿ ਜਦੋਂ ਤੱਕ ਸਰਕਾਰ ਇਸ ਦਾ ਕੋਈ ਸਥਾਈ ਹੱਲ ਨਹੀਂ ਕਰਦੀ ਉਹ ਪਰਾਲੀ ਨੂੰ ਸਾੜਦੇ ਰਹਿਣਗੇ ਚਾਹੇ ਸਰਕਾਰ ਉਹਨਾਂ 'ਤੇ ਜਿੰਨੇ ਮਰਜ਼ੀ ਪਰਚੇ ਦਰਜ ਕਰਵਾ ਲਵੇ ਟੀਵੀ NRI ਦੀ ਟੀਮ ਜਦੋਂ ਕਿਸਾਨਾਂ ਨਾਲ ਗੱਲਬਾਤ ਕਰਨ ਪੁੱਜੀ ਤਾਂ ਵੇਖੋ ਕੀ ਹੈ ਉਹਨਾਂ ਦੀ ਰਾਏ ਸੁਣੋ ਕਿ ਸਰਕਾਰ ਦੇ ਵਿਰੁੱਧ ਹੋ ਕੇ ਪਰਾਲੀ ਕਿਉਂ ਸਾੜਦੇ ਨੇ ਪੰਜਾਬ ਦੇ ਕਿਸਾਨ ਅਮਰ ਸਿੰਘ ਜਿੰਨਾ ਮਰਜ਼ੀ ਸਖ਼ਤ ਹੋਈ ਜਾਵੇ ਜੀ ਸਰਕਾਰ ਇਹਦਾ ਕੋਈ ਮੁੱਦਾ ਨਹੀਂ ਹੈਗਾ ਸਾੜੀ ਕਣਕ ਲੇਟ ਹੋ ਜਾਂਦੀ ਬੀਜਣੇ ਨੂੰ ਇਸ ਕਰਕੇ ਵੀ ਸਾਨੂੰ ਅੱਗਾਂ ਲਾਉਣੀਆਂ ਪੈਣੀਆਂ ਜੋ ਮਰਜ਼ੀ ਹੋ ਜਾਵੇ ਨਹੀਂ ਸਾਨੂੰ 5000 ਰੁਪਇਆ ਕਿੱਲਾ ਜ਼ਰੂਰ ਦੇਵੇ ਸਰਕਾਰ ਇਸ ਕਰਕੇ ਸਾਡਾ ਕੋਈ ਹੱਲੇ ਨਹੀਂ ਹੈਗਾ ਹੋਰ ਮਸ਼ੀਨਰੀ ਮਹਿੰਗੀ ਹੋਈ ਵੀ ਅਸੀਂ ਲੈ ਨਹੀਂ ਸਕਦੇ ਜਿਹੜਾ ਛੋਟੇ ਜ਼ਿਮੀਦਾਰ ਉਹ ਤਾਂ ਜਮੀ ਨਹੀਂ ਖਰੀਦ ਸਕਦਾ ਭੁਪਿੰਦਰ ਸਿੰਘ ਅਤੇ ਇਹਦਾ ਮਸਲਾ ਪਰਾਲੀ ਤਾਂ ਸਾੜੀ ਹੋ ਜਾਊਗੀ ਜੀ ਅਤੇ ਪਰਾਲੀ ਸਾੜਨ ਦੇ ਨਾਲ ਕੋਈ ਗੱਲ ਨਹੀਂ ਬਣਨੀ ਜੀ ਕੋਈ ਮਸਲਾ ਹੱਲ ਨਹੀਂ ਇਹਦਾ ਸਰਕਾਰ ਕਹਿੰਦੀ ਪਰਚੇ ਦਰਜ ਕੀਤੇ ਪਰਚੇ ਜੀ ਹੁਣ ਅਸੀਂ ਤਾਂ ਢਿੱਡੀ ਭਰਨਾ ਗਰੀਬ ਨੇ ਅਸੀਂ ਤਾਂ ਪਹਿਲਾਂ ਵੀ ਭੁੱਖੇ ਹੀ ਮਰਦੇ ਹਾਂ ਕਿਸਾਨ ਤਾਂ ਹੁਣ ਥਾਣੇ ਜਾ ਕੇ ਢਿੱਡ ਭਰ ਲਾਂਗੇ ਹੋਰ ਕੀ ਕਰਨਾ ਕਿਸਾਨ ਤਾਂ ਭੁੱਖਾ ਹੀ ਮਰਦਾ ਪਹਿਲਾਂ ਕੋਈ ਹੋਰ ਹੱਲ ਨਹੀਂ ਹੈਗਾ ਹੋਰ ਕੋਈ ਹੱਲ ਨਹੀਂ ਹੈ ਜੋ ਕਿਸਾਨਾਂ ਦਾ ਮੂਡ ਤਾਂ ਪਰਾਲੀ ਨਾਲ ਘਿਉਟਣ ਦਾ ਕਿਵੇਂ ਵੀ ਘਿਉਟ ਹੋਵੇ ਵੱਗ ਲਾ ਕੇ ਫਿਰ ਜਿੱਕਣ ਮਰਜ਼ੀ ਖੂਟੇ ਸਾਡੇ ਖੇਤਾਂ 'ਚ ਕਣਕ ਨਹੀਂ ਬੀਜ ਹੁੰਦੀ ਹੈ ਫਿਰ ਜੇ ਅਸੀਂ ਕਣਕ ਪਰਾਲੀ ਨੂੰ ਨਹੀਂ ਕੰਟਰੋਲ ਕਰਦੇ ਨਹੀਂ ਫੂਕਦੇ ਸਾਡੀ ਕਣਕ ਨਹੀਂ ਬੀਜੀ ਜਾਂਦੀ ਪਿਛਲੇ ਸਾਲ ਮੈਂ ਮਸ਼ੀਨਰੀ ਆਪਣੇ ਜਿਹੜਾ ਬਣਾਈ ਹੈ ਨਾ ਨਵੀਂ ਉਹਦੇ ਗੱਲ 5 ਕਿੱਲੇ ਬੀਜੇ 5 ਹੈਪੀ ਸੀਡਰ ਗੈਲ 5 ਕਿੱਲੇ ਖਰਾਬ ਹੋ ਗਏ ਮੈਂ ਜਾ ਕੇ ਚੀਫ ਸਾਹਿਬ ਨੂੰ ਬੇਨਤੀ ਕਰੀ ਇੱਥੇ ਰੋਪੜ ਉਹਨਾਂ ਨੂੰ ਬੇਨਤੀ ਕਰੀ ਮੌਕਾ ਦੇਖਣ ਗਏ ਮੇਰਾ ਉਹ ਮੌਕਾ ਦੇਖ ਕੇ ਆ ਕੇ ਕਹਿੰਦੇ ਕੋਈ ਹੱਲ ਨਹੀਂ ਸਾਡੇ ਪੈਦਾ 5 ਕਿੱਲੇ ਮੇਰੇ ਪਿਛਲੇ ਸਾਲ ਕਣਕ ਦੇ ਖਰਾਬ ਹੋਏ ਆ ਹੈਪੀ ਸੀਡ ਕੇ ਬੀਜਣ ਨਾਲ ਇਸ ਵਾਰੀ ਫੇਰ ਪਰਾਲੀ ਫੂਕੀ ਜਾਊਗੀ ਪਰਾਲੀ ਫੂਕੀ ਜਾਊਗੀ ਜੀ ਪਰਚੇ ਤੋਂ ਨਹੀਂ ਡਰ ਲੱਗਦਾ ਪਰਚੇ ਉਹ ਹਾਈਕੋਰਟ ਨੇ ਹੁਕਮ ਕਰਿਆ ਨੇ ਪਰਚੇ ਕਰ ਲੈਣ ਸਰਵੇ ਕਰਨੇ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਾਡੇ ਕੋਲ ਤਾਂ ਕੋਈ ਹੱਲ ਨਹੀਂ ਹੈਗਾ ਜੇ ਅਸੀਂ ਪਰਾਲੀ ਨੂੰ ਸਾਫ਼ ਦਿਆ ਤਾਂ ਸਾਡੀ ਕਣਕ ਦੀ ਫਸਲ ਲੇਟ ਹੋ ਜਾਣੀ ਹੈ ਜਿੰਨੀ ਕਣਕ ਲੇਟ ਹੋਊਗੀ ਉਨਾ ਝਾੜ ਘਟੂਗਾ ਸਰਕਾਰ ਕਹਿੰਦੀ ਪ੍ਰਦੂਸ਼ਣ ਫੈਲਦਾ ਪਰਾਲੀ ਨਾਲ ਬਹੁਤ ਜ਼ਿਆਦਾ ਅਸੀਂ ਕੋਈ ਜ਼ਿਮੀਦਾਰ ਇਕੱਲਾ ਨਹੀਂ ਪ੍ਰਦੂਸ਼ਣ ਫੈਲਾਉਂਦਾ ਹੋਰ ਤੇ ਵੀ ਪਾਬੰਦੀਆਂ ਲਾਉਣੇ ਹੈ ਹਾਈਕੋਰਟ ਨੇ ਤਾਂ ਸਾਨੂੰ ਫ੍ਰੀ ਕਰਤਾ ਵੀ ਕੋਈ ਜੁਰਮਾਨਾ ਨਹੀਂ ਪਿਛਲਾ ਲਿਆ ਜਾਊਗਾ ਪਰ ਪਰਚੇ ਤਾਂ ਦਰਜ ਹੋਣੇ ਆ ਭਾਈ ਹੋ ਜਾਣ ਜੀ ਪਰਚਿਆਂ ਦਾ ਕਿਆ ਰੋਟੀ ਖਾਣੀ ਆ ਜੇਲ੍ਹ 'ਚ ਖਾ ਲਉਂਗੇ ਬੈਠ ਕੇ ਇਹਦਾ ਕੋਈ ਹੋਰ ਹੱਲ ਕੋਈ ਹੱਲ ਨਹੀਂ ਜੀ ਹੈਗਾ ਸਰਕਾਰ ਮਦਦ ਕਰੇ ਸਾਡੀ 5000 ਕਿੱਲਾ ਸਾਨੂੰ ਦੇਵੇ ਅਸੀਂ ਪਰਾਲੀ ਵਿੱਚ ਵਾਹ ਦੂੰਗੇ ਰੁਪਿੰਦਰ ਸਿੰਘ ਰੂਪਾ ਮੈਂ ਇੱਕ ਕਿਸਾਨ ਹੈ ਸਰਕਾਰ ਚਾਹੇ ਲੱਖ ਕਹੀ ਜਾਵੇ ਹਾਈਕੋਰਟ ਨੇ ਕਹਿ ਦਿੱਤਾ ਜਾਂ ਥਾਣੀ ਸਾਨੂੰ ਖਰਚਾ ਨਹੀਂ ਦਿੰਦੇ ਹੈਗੇ ਸਾਨੂੰ ਮਸ਼ੀਨਰੀ ਨਹੀਂ ਦਿੰਦੇ ਹੈਗੇ ਕੋਈ ਸੁਸਾਇਟੀਆਂ ਵਿੱਚ ਅਸੀਂ ਪਰਾਲੀ ਫੂਕਣੀ ਉਹ ਫੂਕਣੀ ਹੈ ਚਾਹੇ ਸਰਕਾਰ ਜੋ ਮਰਜ਼ੀ ਕਰ ਲਵੇ ਜੀ ਪਰਚੇ ਤੋਂ ਡਰ ਨਹੀਂ ਲੱਗਦਾ ਨਹੀਂ ਬਿਲਕੁਲ ਅਸੀਂ ਸਾਨੂੰ ਅਸੀਂ ਦਾਣੇ ਕਿੱਥੇ ਨਿਆਣੇ ਨੂੰ ਖਵਾਉਣੇ ਬੱਚੇ ਕਿੱਥੇ ਪਾਲਣੇ ਜੀ ਅਸੀਂ ਸਰਕਾਰ ਕਹਿੰਦੀ ਪਰਚੇ ਦਰਜ ਕਰੂੰਗੇ ਕਰ ਲੈਣਗੇ ਸਰਕਾਰ ਕਰ ਲਵੇ ਅਸੀਂ ਬੱਚੇ ਵੀ ਪਾਲਣੇ ਜੀ ਆਪਣੇ ਖਰਚਾ ਵੀ ਕਰਨਾ ਅਸੀਂ ਪੰਜਾਬ ਦੇ ਕਿਸਾਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੂੰ ਮਜਬੂਰੀ ਵੱਸ ਪਰਾਲੀ ਸਾੜਨੀ ਪੈਂਦੀ ਹੈ ਕਿਉਂਕਿ ਸਰਕਾਰ ਵੱਲੋਂ ਹੁਣ ਤੱਕ ਉਹਨਾਂ ਨੂੰ ਕੋਈ ਵੀ ਬਦਲ ਉਪਲਬਧ ਨਹੀਂ ਕਰਵਾਇਆ ਗਿਆ ਜੋ ਮਸ਼ੀਨਾਂ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾਂਦੀਆਂ ਨੇ ਉਹ ਬੇਹੱਦ ਮਹਿੰਗੀਆਂ ਹਨ ਅਤੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹਨ ਸੋ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੀ ਮਜਬੂਰੀ ਨੂੰ ਵੀ ਸਮਝਿਆ ਜਾਵੇ ਰੂਪਨਗਰ ਤੋਂ ਸੱਜਣ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI